ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਜੀ। ਹੋਰ ਭਜਨ ਭਾਈ? ਬਹੁਤ ਵਧੀਆ ਜੀ। ਕਾਹਨੂੰ ਲੱਗਿਆ ਤੜਕਾ ਲਾਉਣ ਅੱਜ? ਅੱਜ ਤੜਕਾ ਲਾਉਣਾ ਮੂੰਗੀ ਮਸਰੀ ਜੀ। ਹੈਂ? ਮੂੰਗੀ ਮਸਰੀ ਜੀ। ਤੇਰੀ ਮੂੰਗੀ ਮਸਰੀ ਨੇ ਚੱਕਤੀ ਸਾਰੀ ਬਿਮਾਰੀ ਹੈ ਭਾਈ ਜੀ। ਗਾਲ ਇਹਦੇ ਉੱਤਰ ਕੇ ਹੀ ਆ ਆਪਣੀ, ਤੁਹਾਨੂੰ ਪਤਾ ਹੀ ਆ। ਵਾਕਈ ਭਾਈ ਸਹੀ ਗੱਲ ਆ। ਬਾਪੂ ਭਾਈ ਮੰਨ ਗਿਆ ਤਾ ਬਲਕਾਰ ਵਾਲਾ, ਕਹਿੰਦਾ ਵੀ ਭਜਨ ਭਾਈ ਗਾਹ ਨੂੰ ਮੈਂ ਪੱਟ ਲੈਣਾ। ਲੈ ਪੱਟਣਾ ਕਿਤੇ ਸੌਖਾ ਹੀ ਆ, ਭਜਨ ਕਿਤੇ ਸੌਖਾ ਨੀ ਪੱਟਦਾ ਵੀਰੇ। ਹਾਂ ਲੈ ਲੈ। ਕਿਉਂ ਮੈਂ ਤੇਰੇ ਕਿਤੇ ਜਾਦੂ ਕਰਿਆ ਕੋਈ? ਹਾਂ ਬਾਪੂ, ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਚਾਹੇ ਦਿਨ ਰਾਤ ਜੋ ਮਰਜ਼ੀ ਕਰੀ ਜਾਵੇ, ਆਪਾਂ ਥੋੜੀ ਪੱਟੂਗੇ। ਹੁਣ ਕਿਆ ਕਰਨ ਲੱਗਿਆ ਤੂੰ? ਹੁਣ ਭਾਈ ਆਟਾ ਦੀ ਤਿਆਰੀ ਆ, ਲਾਈਟ ਤੁਹਾਨੂੰ ਪਤਾ ਉਰੇ ਹੈ ਨੀ, ਉਹਦੇ ਕਰਕੇ ਆਟਾ ਗੁੰਨਿੰਗ ਹੈ। ਆਟਾ ਗੁੰਨਿੰਗ ਹੈ ਤੇ ਪਾਣੀ ਪਾਏਂਗਾ। ਹੈ ਟਮਾਟਰ ਇਧਰ ਕਟਿੰਗ। ਰਾਜੂ ਸਿੰਘ? ਹਾਂ ਵੀ ਰਾਜੂ, ਸਤਿ ਸ੍ਰੀ ਅਕਾਲ ਜੀ। ਕਿਆ ਕਰੀ ਜਾਂਦਾ ਤੂੰ? ਅਦਰਕ ਚੀਰਦਾ ਜੀ। ਸਾਰੇ ਕੰਮ ਲਾਏ ਵੇ ਭਜਨ ਨੇ। ਬਾ ਮੈਂ ਜੀ ਡਿਊਟੀ ਫਿਰ ਰੋਟੀਆਂ ਤੇ ਲੱਗੂ ਅੱਜ, ਮੈਨੂੰ ਲੱਗਦਾ ਅੱਜ ਭਜਨ ਤੈਨੂੰ ਅੱਜ ਰੈਸਟ ਦੇਣੀ ਬਾਈ। ਅੱਜ ਰੋਟੀ ਤੈਨੂੰ ਮੈਂ ਬਣਾ ਕੇ ਖਿਲਾਉਂ। ਨਾ ਨਾ ਨਾ, ਪਤਲੀਆਂ ਪਤਲੀਆਂ ਮੈਂ ਕਹਿੰਦਾ ਜਿਹੋ ਜਿਹੀ ਕਹੂੰਗਾ ਉਹ ਜਿਹੀ। ਨਾ ਨਾ, ਅੱਜ ਤੈਨੂੰ ਪਤਲੀਆਂ ਪਤਲੀਆਂ ਮੈਂ ਬਣਾ ਕੇ ਖਿਲਾਉਂ ਬਾਈ। ਰਲ ਮਿਲ ਕੇ ਕੰਮ ਚੱਲੀ ਜਾਣਾ ਆਪਾਂ, ਕਿਹੜਾ ਉਹ ਲੈ ਕੇ ਜਾਣਾ ਇੱਥੇ ਤੇ। ਨਾ ਨਾ, ਹੱਦ ਹੋ ਗਈ ਯਾਰ, ਆਪਾਂ ਕਾਹਦੇ ਵਾਸਤੇ ਆ। ਹਾਂ ਨਹੀਂ, ਸਰੀਰ ਨਹੀਂ ਠੀਕ ਹੋਊਗਾ, ਤੁਹਾਨੂੰ ਕਹਿ ਦੇਂਗੇ ਬਾਈ ਅੱਜ ਰੋਟੀ ਲਾ ਲਾ। ਹਾਂ ਲਾ, ਹੱਦ ਹੋ ਗਈ ਯਾਰ। ਭਜਨ ਭਾਈ ਹੋਰ ਬੰਦੇ ਦਾ ਆਟਾ ਗੁੰਨਿਆ ਤੇਰੇ ਕਾਹਦੇ ਪਸੰਦ ਨਹੀਂ ਆਉਂਦਾ ਹੈ ਆਟਾ? ਭਾਈ ਆਪਣਾ ਆਪਣਾ ਹਿਸਾਬ ਹੁੰਦਾ ਵੀਰੇ, ਹੁਣ ਕੋਈ ਆਟਾ ਹੁਣ ਉਦਣ ਗੁੰਨਿਆ ਤਾਂ ਗੈਨੀ ਨੇ, ਜਿਵੇਂ ਪੱਥਰ ਬਣਾਤਾ ਨਾ ਉਹਦੀ ਰੋਟੀ ਵਜੇ ਨਾ ਵਾਸਤਾ। ਇਹ ਆਪਣਾ ਹੁਣ ਆਪ ਗੁੰਨਿਆ ਹੋਇਆ ਬਹੁਤ ਵਧੀਆ ਰਹਿਣਾ ਹੁੰਦਾ। ਮੈਂ ਹੁਣ ਆਟਾ ਤੁਹਾਨੂੰ ਗੁੰਨ ਕੇ ਦੇਣ, ਤੁਸੀਂ ਰੋਟੀ ਬਹੁਤ ਵਧੀਆ ਲਾ ਲੈਣੀ। ਹੁਣ ਹਰ ਇੱਕ ਬੰਦਾ ਵੀ ਆਟਾ ਨਹੀਂ ਗੁੰਨ ਸਕਦਾ। ਇਹ ਤਾਂ ਹੈ, ਆਟੇ 'ਚ ਕਰਾਂ ਮਾਤਾ, ਬਸ ਆਟੇ 'ਚ ਕਰਾਂ ਮਾਤਾ। ਹੁਣ ਰੋਟੀ ਤਾਂ ਤੁਸੀਂ ਵੀ ਲਾ ਲੂੰਗੇ, ਆ ਵੀ ਬੰਦਾ ਲਾ ਲੂੰਗਾ, ਆਟੇ ਦਾ ਹੀ ਫਰਕ ਵਾ ਗੁੰਨਣੇ ਦਾ। ਅੱਛਾ, ਆ ਗੁੰਨ ਕੇ ਰੱਖ ਦੇਣਾ 10 ਮਿੰਟ, ਮਾੜਾ ਜਿਹਾ ਰੱਖਿਆ ਹੋਇਆ ਸੈੱਟ ਜਿਹਾ ਹੋ ਜਾਂਦਾ ਚਿਰੋ। ਅੱਛਾ, ਗੁੰਨ ਕੇ ਰੱਖੇਗਾ ਫਿਰ ਇਹਨੂੰ? ਹਾਂ ਜੀ ਹਾਂ ਜੀ। ਕਿੰਨਾ ਟਾਈਮ ਆ? ਬਸ 10 ਕੁ ਮਿੰਟ ਹੀ, ਸਾਨੂੰ ਦਾਲ ਨੂੰ ਤੜਕਾ ਲੱਗ ਜਾਣਾ, ਹੋ ਗਿਆ ਕੰਮ। ਹੋਰ ਆਪਾਂ ਨੇ ਕਿਤੇ ਕਿੰਨਾ ਕੁ ਟਾਈਮ ਲਾਉਣਾ ਬਾਈ? ਤੇਰੇ ਵੀਡੀਓ 'ਚ ਆਪਣੇ ਵੀਰ ਫੋਨ ਕਹਿ ਕੇ ਬਾਈ ਕਹਿੰਦੇ ਭਜਨ ਦਾ ਬਾਈ ਤੁਹਾਨੂੰ ਰੋਟੀ ਵਾਲਾ ਨਜ਼ਾਰਾ ਲਿਆ ਦਿੰਦਾ ਹੁਣ ਬਾਈ। ਨਜ਼ਾਰਾ ਹੁਣ ਤੁਸੀਂ ਕਿਤੇ ਤੁਹਾਨੂੰ ਮੌਕਾ ਟਾਈਮ ਦੇਗੇ, ਦੱਸਿਓ ਫਿਰ ਨਜ਼ਾਰਾ ਆਉਂਦਾ ਕਿ ਨਹੀਂ। ਹੈਂ? ਦੱਸੇਂਗੇ ਜੀ ਟਾਈਮ ਮਾੜਾ ਮੋਟਾ ਕਿਤੇ ਮਿਲ ਗਿਆ ਬਾਈ, ਜਿਹੜਾ ਕਹਿੰਦੇ ਆ ਜ਼ਰੂਰ ਗੱਲ, ਵਧੀਆ ਗੱਲ ਆ। ਕਿਤੇ ਨਾ ਕਿਤੇ ਕਹਿੰਦੇ ਨਹੀਂ ਤਾਂ ਟੱਕਰੇ ਹੋ ਜਾਂਦੇ ਆ। ਹਾਂ ਜ਼ਰੂਰ ਸੈਂਪਲ ਵੀ ਟਾਈਮ ਦਊਂਗੇ ਅਸੀਂ। ਨਹੀਂ ਚੱਲ ਗੁੰਨ ਲਾ। ਹਾਂ ਜੀ ਹਾਂ, ਗੁੰਨਿਆ ਗਿਆ ਤਾਂ। ਰਾਜੂ ਭਜਨ ਨੇ ਤੜਕਾ ਲਾਉਣ ਦੀ ਤਿਆਰੀ ਕਰਤੀ ਤੇ ਤੇ ਲਸਣ ਪਿਆਜ਼ ਨਹੀਂ ਕੱਟਿਆ ਗਿਆ। ਕੱਟਿਆ ਪਿਆ ਜੀ ਸਾਰਾ, ਟਮਾਟਰ ਰਹਿ ਗਏ ਬਸ। ਟਮਾਟਰ ਰਹਿ ਗਏ? ਚੱਲ ਟਮਾਟਰ ਵਧੀਆ ਵਧੀਆ ਕੱਟਿੰਗ ਕਰੇ ਵੀ ਵਧੀਆ ਬਣਾਉਂਗੇ। ਹਾਂ ਰੋਟੀ ਪਾਣੀ ਵਧੀਆ ਖਾਓ ਬਾਈ, ਕੰਮ ਕੁੰਮ ਦਾ ਕੋਈ ਚੱਕਰ ਨਹੀਂ ਹੈਗਾ। ਕਿਤੇ ਉਈ ਨਾ ਕਹੀ ਜਾਓ ਵੀ ਕੰਮ ਨਹੀਂ ਚੱਲਦਾ, ਭੁੱਖੇ ਮਰ ਜਾਈਏ। ਰਾਜੂ ਰੋਟੀਆਂ ਦੋ ਵੱਧ ਖਾ ਲਿਆ ਕਰ, ਕੁਛ ਨਹੀਂ ਹੁੰਦਾ। ਹਾਂ ਦਿਨ ਰਾਤ ਚਲਾਉਣਾ ਮੈਂ ਤੁਹਾਨੂੰ, ਦਿਨ ਰਾਤ ਖਿੱਚਣਾ ਮੈਂ। ਹੋਰ ਰਾਜੂ? ਕੋਈ ਨਹੀਂ, ਥੱਲੇ ਨੂੰ ਗਰਦਨ ਕਰਕੇ ਨਹੀਂ ਗੱਲ ਬਣਨੀ ਹੈਗੀ। ਐਚ ਪੀ ਦਾ ਸਿਲੰਡਰ ਬਣਨਾ ਪੈਣਾ ਤੈਨੂੰ, ਜਿਹੜਾ ਆਪਣਾ ਸੌਣਾ ਹੁਣ ਸੌਂਲਾ। ਹੈਂ? ਚੱਲਾਂਗੇ ਜੀ। ਹਾਂ ਹਾਂ, ਫਿਰ ਨਾ ਕਹੀਂ ਵੀ ਉਹ ਪਤੀਲਾ ਏਅਰਟੈਲ ਦਾ ਕੱਲ ਆਈਡੀਏ ਦਾ ਭਾਅ ਜੀ। ਕਿਹੜੀ ਕੰਪਨੀ ਲਿਖੀ ਹੋਈ ਪਤੀਲੇ ਪਰ? ਏਅਰਟੈਲ? ਏਅਰਟੈਲ ਦਾ ਹੀ ਹੈ ਸਾਹਿਬ, ਇਹ ਮੋਬਾਈਲ ਵਾਲੇ ਨੇ ਮਤਲਬ ਪਤੀਲੇ ਵੀ ਕੱਢਤੇ ਜੀ। ਆਟਾ ਭਜਨ ਬਾਈ ਨੇ ਆਟਾ ਕੋਲ, ਆਟਾ ਹੋ ਗਿਆ ਜੀ ਕੋਲ। ਹੈਂ? ਆਟੇ ਦੀ ਤਿਆਰੀ ਆ। ਹੈਂ? ਆਪਾਂ ਤੜਕਾ ਲਾ ਦੇਣਾ, ਬਸ ਹੋ ਗਿਆ ਫਿੱਟ ਕੰਮ। ਲੈ ਬਈ ਦੇਖ ਲਓ ਜੀ, ਮਾੜਾ ਜਿਹਾ ਵੀ ਪਰਾਤ ਨੂੰ ਆਟਾ ਨਹੀਂ ਲੱਗਣ ਦਿੱਤਾ ਭਾਈ। ਪਰਾਤ ਤਾਂ ਆਪਾਂ ਤੁਹਾਨੂੰ ਪਤਾ ਹੀ ਆ। ਹੈਂ? ਪਰਾਤ ਆਪਾਂ ਧੋਣ ਵਾਲਾ ਕੰਮ ਹੀ ਨਹੀਂ ਕਰਦੇ ਹੈਗੇ, ਧੋਣੀ ਨਹੀਂ, ਇੱਕਣੇ ਸੜ ਜਾਂਦਾ ਭਾਈ। ਇੱਕਣੇ ਸਾਫ਼ ਰੱਖਣੀ ਹੈ, ਸਾਫ਼ ਸਫਾਈ ਉਂ ਵੀ ਰੱਖਣੀ, ਸਾਂਭ ਕੇ ਆਪਾਂ ਨੇ ਮੋਦੀ ਮਾਰ ਦਿੰਦੇ ਹਾਂ। ਕੱਪੜਾ ਮਾਰ ਲਈ ਦੇ ਜਿਹੜੀ ਧੋਣੇ ਵਾਲਾ ਕੰਮ ਨਹੀਂ ਹੈਗਾ। ਅੱਛਾ, ਕੱਪੜੇ ਨਾਲ ਜਮਾਂ ਅੰਡੇ ਮੰਗਣਾ ਚਮਕੂ ਜੀ ਇਹ। ਅੱਜ ਤੇਰੇ ਜਿਹੜਾ ਅੰਡਾ ਚਮਕਦਾ ਹੁੰਦਾ ਜੀ ਚਿੱਟੇ ਰੰਗ ਦਾ, ਇੱਕਣਾ ਚਮਕੂ ਲਾਹ ਰੰਗ ਦਾ ਇਹ। ਹਾਂ ਜੀ ਚੱਲ ਫਿਰ ਬਣਾ, ਫਿਰ ਦੇਖਦੇ ਹਾਂ। ਚਲੋ ਬਾਈ ਅੱਜ ਰੋਟੀ ਤੋਂ ਸਟਾਰਟ ਕਰੀ ਆ ਵੀਡੀਓ, ਤੁਹਾਨੂੰ ਦਿਖਾਉਂਦੇ ਅੱਜ ਭਜਨ ਬਾਈ ਦੀ ਮੂੰਗੀ ਮਸਰੀ। ਰਾਜੂ ਦੱਸੂਗਾ ਅੱਜ ਖਾ ਕੇ ਵੀ ਕਿੱਦਾਂ ਦੀ ਬਣੀ ਆ। ਰਾਜੂ ਤਾਂ ਵਧੀਆ ਦੱਸਦਾ ਨਾ, ਜਿਹੜਾ ਤੇਰਾ ਲਾਗ ਵਾਲਾ ਗੁਆਂਢੀ ਕਹਿੰਦਾ ਤਾ ਭਜਨ। ਹਾਂਜੀ, ਆ ਤੇਰੇ ਖੇਤ ਵਾਲਾ ਕਹਿੰਦਾ, ਕਹਿੰਦਾ ਮੈਨੂੰ ਵੀ ਆਪਣੀ ਸਬਜ਼ੀ ਖਿਲਾਓ ਸਦਾ, ਉਹਨੂੰ ਬੁਲਾ ਅੱਜ। ਉਹ ਚੱਲ ਗਏ ਜੀ, ਦਾਵਤ ਦਈ ਹੋਈ ਹੈ ਉਹਨਾਂ ਨੂੰ, ਅੱਜ ਬੁਲਾ ਉਹਨੂੰ। ਚੱਲ ਗਏ ਜੀ, ਉਹ ਕਹਿੰਦਾ ਲੰਘ ਗਏ ਜੀ 6:30-5 ਵਜੇ ਤੱਕ ਹੁੰਦਾ ਨਾ। ਅੱਛਾ, ਉਹ ਕਹਿੰਦਾ ਕੱਲ ਨੂੰ ਮੈਂ ਖਾ ਕੇ ਜਾਣਾ, ਉਹਨੂੰ ਰੋਟੀ ਖਿਲਾਓ ਯਾਰ, ਕੱਲ ਨੂੰ ਆਇਆ ਨਾ ਉਹਦੇ ਮਨ ਚ ਨਾ ਰਹੇ ਵੀ ਸਰਦਾਰ ਖਾਣਾ ਕਹਿ ਜਾ ਕਰਨੇ, ਉਹਨੂੰ ਦੇਖਣ ਆਉਨੇ। ਬਹੁਤ ਵਧੀਆ ਪਿਆਰ ਗੱਲ ਕਿਹਾ ਜੀ। ਨਾ ਨਾ ਕੋਈ ਗੱਲ ਨਹੀਂ ਯਾਰ, ਉਹਨੇ ਬੰਦੇ ਸਾਨੂੰ ਬਾਈ ਸਬਜ਼ੀ ਸਾਨੂੰ ਡੇਲੀ ਗਾਜਰਾਂ ਗੁਜਰਾਂ ਆਪਣੇ ਲੱਗੀਆਂ ਵੀ ਨੇ, ਜਿਹੜਾ ਮਗਰ ਖੇਤ ਵਾਲਾ ਬੰਦਾ ਸਾਨੂੰ ਡੇਲੀ ਕਦੇ ਗਾਜਰਾਂ ਵਿਚਾਰਾ ਕਦੇ ਦੇ ਜਾਂਦਾ, ਨਿੰਬੂ ਨੁੰਬੂ ਦੇ ਜਾਂਦਾ। ਮੈਂ ਦਾਲ ਤਾਂ ਬਣ ਗਈ ਤੇਰੀ ਮੂੰਗੀ ਮਸਰੀ। ਹੈਂ? ਦਾਲ ਬਣ ਗਈ, ਬਸ ਤੜਕਾ ਲਾਉਣੀ। ਤੜਕਾ ਬਾਅਦ ਚ ਲਾਉਂਦੇ ਨਾ ਦਾਲ ਨੂੰ। ਹੈਂ? ਹਾਂ ਜੀ। ਬਾਕੀ ਬਾਈ ਤੂੰ ਕਾਰੀ ਕਰ ਭਜਨ, ਚਾਹੇ 500 ਰੁਪਏ ਦੀ ਪਲੇਟ ਲੈ ਲਾ,
ਚੱਲ ਮਿਲਦੇ ਆ ਫਿਰ ਬਣਾ ਲਾ। ਹਾਂਜੀ ਹਾਂਜੀ ਭਜਨ ਮਾਈ ਹੁਣ ਰੋਟੀ ਨੀ ਲੱਗ ਗਿਆ ਹੈ। ਹਾਂਜੀ ਹਾਂ ਰੋਟੀ ਲੱਗ ਗਈ, ਰੋਟੀ ਦਾ ਕੰਮ ਨਿਬੇੜ ਦਈਏ। ਹੈਂ ਰੋਟੀ ਦਾ ਕੰਮ ਨਿਬੇੜ ਦਈਏ ਹੁਣ। ਇਹ ਆ ਚੱਕ ਪਰਾਉਣੇ ਫੁਲਕਾ ਹੈ। ਹਾਂ ਰਾਜੂ ਗੋਲ ਬਣਨੀ ਚਾਹੀਦੀ ਆ। ਖੜਦਾ ਖੜਾ ਗੋਲ ਬਣਨੀ ਚਾਹੀਦੀ ਇੱਕ ਨੇ। ਗੋਲ ਤਾਂ ਕੋਈ ਗੱਲ ਨੀ, ਨਾ ਨਾ ਗੋਲ ਬਣਨੀ ਚਾਹੀਦੀ ਰੋਟੀ। ਐ ਨੀ ਸਵਾਦ ਵੀ ਰੋਟੀ ਫੁੱਲਣੀ ਵੀ ਚਾਹੀਦੀ ਆ ਜਿਵੇਂ ਭਜਨ ਬਾਈ ਦੀ ਰੋਟੀ ਫੁੱਲਦੀ ਆ। ਰਾਜੂ ਦਾ ਲੱਗਿਆ ਟ੍ਰੇ ਲੈਣ ਰੋਟੀ ਦਾ ਅੱਜ। ਆਪਣਾ ਪੇੜਾ ਬਣਾ ਵੀਰੇ, ਉਹ ਤਾਂ ਬਣੇ ਹੋਏ ਤੇ ਕਬਜ਼ਾ ਬਣੇ ਹੋਏ ਤਾਂ ਕੋਈ ਉਹ ਨੀ ਕਰਨਾ, ਉਹਨੇ ਤਾਂ ਆਪਣਾ ਹੱਥ 'ਚ ਫੜ ਲਿਆ ਪੇੜਾ। ਇਹ ਕਹਦੇ ਭਜਨ ਭਾਈ ਤਾਂ ਆ ਦੇਖ ਲਾ, ਹਾਂ ਟਰਾਈ ਵਾਲੇ ਕੰਮ ਹੈ ਇਹ। ਬਾਕੀ ਹੁਣ ਪਤਾ ਤਾਂ ਉੱਥੇ ਲੱਗਣਾ ਜਾ ਕੇ, ਹੁਣ ਜਾਂ ਕਹਿੰਦੇ ਹਾਊਸਿੰਗ 'ਚ ਵਾਇਰਿੰਗ ਫਸਣਾ ਫਿਰ ਪਤਾ ਲੱਗਣਾ। ਕਹਿੰਦਾ ਪੈ ਨੀ ਉਹਦਾ ਰਬੜ ਰੰਗ ਪਾਤੇ ਵਿਚਾਰੀ ਦੇ, ਹੈਂ ਇਹਦਾ ਰਬੜ ਰੰਗ ਪੈ ਨੀ ਪਾਤੇ, ਰੋਟੀ ਤਾਂ ਬਣ ਗਈ ਬਾਈ। ਵਾਕਈ ਹੈ ਯਾਰ ਗੋਲ ਬਣ ਗਈ ਭਜਨ, ਹੈ ਨਾ ਬਣਦੀ ਹੈ ਗੋਲ। ਇਹ ਆ ਪਾਤੀ ਮੋਟੀ, ਉਹ ਛੋਟਾ ਕਰ ਫਿਰ ਤੂੰ। ਆਹ ਚੱਕ ਭਜਨ ਵਾਲਾ ਪੇੜਾ, ਕਾਹਦੇ ਲਾਉਣ ਲੱਗ ਗਿਆ ਭਜਨ? ਮੱਕੀ ਦੇ ਇੱਕਣਾ ਲੈਂਦੀ ਆ ਭਜਨ, ਮੱਕੀ ਦੀ ਪਕਾ ਲੈਣਾ ਬਾਈ ਤੂੰ, ਹੈਂ ਪੂਰੀ ਲੈ ਮੱਕੀ ਦੀ ਰੋਟੀ ਦਾ ਪਕਾਰੀ ਕਰਾਂ, ਕੁਛ ਛੱਡੂਗਾ ਵੀ ਤੂੰ ਖਾਣੇ ਪੀਣੇ ਵਾਲੀ ਘਰਾਂ ਵੀ ਤੂੰ ਤਾਂ ਬਣਾ ਲੈਣਾ। ਹਾਂ ਬਾਈ ਜਿੱਦਣ ਇਹਦਾ ਦਿਲ ਕਰਦਾ ਨਾ ਘਰਾਂ ਵੀ ਵਧੀਆ ਤੜਕਾ ਲਾ ਕੇ ਰੋਟੀ ਖਾਣ ਨੂੰ ਦਿਆ, ਸਬਜ਼ੀ ਘਰੇ ਵੀ ਲਾ ਦਿੰਦਾ ਜੋਟਾ ਤੜਕਾ। ਘਰਾਂ ਦਾ ਠੀਕ ਆ, ਕਿਸੇ ਦੇ ਹੱਥਾਂ ਕਿ ਨੀ ਝੱਕੂਗੇ, ਅਗਲਾ ਨਖਰੇ ਗੱਲ ਹੋਊਗਾ ਆਪਣੇ ਆਪਾਂ ਆਪਣੇ ਕਾਰੀਗਰ ਹੋਊਗੇ, ਆਪਣੇ ਖਾਣ ਪੀਣ ਦੇ ਆਪਣਾ ਬੰਦਾ ਜਾਂ ਮਰਜ਼ੀ ਜਾ ਕੇ ਖਾ ਲੈਂਦਾ ਘਰਦਿਆਂ ਨੂੰ। ਹਾਂ ਨਾ ਠੀਕ ਆ ਠੀਕ ਆ, ਸਹੀ ਗੱਲ ਆ। ਰਾਜੂ ਦੀ ਰੋਟੀ ਬਣੀ ਦੇਖ ਲੋ ਜੀ, ਇੱਧਰ ਰਾਜੂ ਨੇ ਰਿੰਗ ਜੀ ਖਾ ਦੇ ਪਾਤੇ ਰਾਜੂ ਦਾ, ਇਹ ਰੋਟੀ ਛੋਟੀ ਇਹਦਾ ਨਿਆਣੇ ਵਾਂਗੂ ਚਿੜੀ ਜੀ ਬਣਾ ਦੇ ਉਹ। ਆਟਾ ਕਹਿੰਦਾ ਤੈਨੂੰ ਬੜੀ ਯਾਦ ਆਉਂਦੀ, ਕਹਿੰਦਾ ਬੇਬੇ ਤੇਰੀ ਆਟੇ ਦੀ ਚਿੜੀ। ਮੈਂ ਕਹਿੰਦਾ ਪੂਰੀਆਂ ਸੌਖੀਆਂ ਬਣਦੀਆਂ ਹਨਾ ਪੂਰੀਆਂ ਬਾਈ, ਪਹਿਲਾਂ ਸਾਰਿਆਂ ਨਾਲ ਸੌਖੀ ਆ। ਹਾਂ ਹਾਂ ਚਲੋ ਰਾਜੂ ਦੱਸ ਵੇ ਭਜਨ ਬਾਈ ਦੀ ਹੁਣ ਦਾਲ ਟੈਸਟ ਕਰਕੇ ਵੀ ਕਿਵੇਂ ਅੱਜ ਅੱਜ ਰਾਜੂ ਦੇ ਟੈਸਟ ਲੈਣਾ। ਰਾਜੂ ਖੁੱਲਿਆ ਕਰ ਥੋੜ੍ਹਾ, ਤੇਰੇ ਬਹੁਤ ਫੋਨ ਆਉਂਦੇ ਕਹਿੰਦੇ ਬਾਈ ਖੁੱਲਦਾ ਨਹੀਂ ਹੈਗਾ ਵੀ ਕਿਆ ਚੱਕਰ ਆ, ਤੂੰ ਖੁੱਲਦਾ ਕਰਦੇ ਨੀ। ਹਾਂ ਭਜਨ ਤੰਗ ਰਹਿੰਦਾ ਬਹੁਤ, ਖੋਲਣਾ ਹੋਣਾ ਕਾਹਦੇ ਤੰਗ ਕਾਹਦੇ ਰਹਿੰਦਾ, ਇਹ ਕਿਆ ਚੱਕਰ ਆ, ਲਿਆਉਂਦਾ ਮੈਂ ਚਾਬੀ ਪਾਣੇ ਚੱਕ ਕੇ ਖੋਲ ਦੇ ਵੀ ਇਹਦੇ ਨਾਲ ਲੌਕ ਨਟ ਲਾ ਦੇ ਹੈ ਕੋਈ ਬਾਈ। ਸਵੇਰ ਹੋ ਗਈ ਤੀ ਬਾਕੀ ਨਾ, ਮੈਂ ਤੁਹਾਨੂੰ ਪਿਛਲੀ ਵੀਡੀਓ 'ਚ ਤੁਹਾਨੂੰ ਦੱਸਿਆ ਵੀ ਬਾਈ ਇੰਨੀ ਓਸ ਪੈਂਦੀ ਆ ਨਾ ਰਾਤ ਨੂੰ, ਇੰਨੀ ਓਸ ਪੈਂਦੀ ਆ। ਆਹ ਬਿਸਤਰੇ ਆ ਨਾ ਜਿਹੜੇ ਆਪਣੇ ਲਾਏ ਹੋਏ, ਬਿਸਤਰੇ ਪ੍ਰੋਪਰ ਗਿੱਲੇ ਹੋ ਜਾਂਦੇ ਬਿਸਤਰਿਆਂ, ਤੁਹਾਨੂੰ ਕਹਿ ਦਿਆ ਸੀਸਾ ਪਿਆ ਨਾ ਆਪਣਾ ਸੀਸੇ ਦੇ ਉੱਤੇ, ਪਾਣੀ ਦੇਖੋ ਕਿਵੇਂ ਖੜਾ, ਇੰਨੀ ਓਸ ਪੈਂਦੀ ਆ। ਤੁਸੀਂ ਹਿਸਾਬ ਲਾ ਲਓ ਵੀ ਸਾਰੇ ਉਹਦੇ ਪਰ ਓਸ ਪੈਂਦੀ ਹੈ ਰਾਤ ਨੂੰ, ਜੇ ਤਾਂ ਤਰਪਾਲ ਆਪਣੇ ਪਾਉਂਦੇ ਆ ਇਹਦੇ ਉੱਪਰ ਤਰਪਾਲ ਪਾਉਂਦੇ ਆ ਤਾਂ ਫਿਰ ਇਹ ਆਪਣਾ ਹਵਾ ਨਹੀਂ ਵਾਹੀ ਲੱਗਦੀ ਕਿਸੇ ਪਾਸੇ ਤੇ ਵੀ, ਆਹ ਰਜਾਈ ਦੇਖ ਲਓ ਤੁਸੀਂ, ਇਹ ਵੀ ਗਿੱਲੀ ਪਈ ਆ ਉੱਪਰ ਤੇ। ਮੈਂ ਕਹਿੰਦਾ ਅੱਗ ਲੱਗ ਗਈ ਯਾਰ, ਹੈਂ ਬੱਦਲ ਨਹੀਂ ਰਾਜੂ ਅੱਗ ਲੱਗ ਗਈ, ਹੈਂ ਹਾਂ ਉੱਧਰ ਹਨੇਰਾ ਜਿਹਾ ਹੋ ਗਿਆ ਬਾਈ ਸਾਰੀ, ਇੱਧਰ ਅੱਗ ਉੱਗ ਲੱਗ ਗਈ ਕਿਤੇ, ਤੂੰ ਆਇਆ ਅੱਗ ਲੱਗ ਗਈ ਯਾਰ ਕਿਤੇ ਭਜਨ, ਅੱਗ ਲੱਗ ਗਈ ਬਾਈ ਉਹ ਫੈਕਟਰੀ ਨਹੀਂ ਹੁਣ ਠੀਕ ਤਾਂ ਅਜੇ
ਇਹ ਅੱਗ ਲੱਗ ਗਈ ਬਾਈ ਆ ਸਾਹਮਣੇ ਨਹੀਂ ਤਾਂ ਸਾਰਾ ਕੁਝ ਦਿਖਦਾ ਤਾ ਪੂਰੇ ਘਰ ਦਿਖਦੇ ਤੇ ਹੁਣ ਕੁਝ ਵੀ ਨਹੀਂ ਦਿਖਦਾ ਅੱਗ ਲੱਗ ਗਈ ਬਾਈ ਇਹ ਪਰ ਸਾਰੇ ਹੀ ਆ ਰਾਜੂ ਇੱਧਰ ਵੀ ਹੋ ਗਿਆ ਇਹ ਕਿਆ ਚੱਕਰ ਹੋ ਗਿਆ ਕਿਤੇ ਮੀਂਹ ਤਾਂ ਨਹੀਂ ਆ ਗਿਆ ਇਹ ਕਿਆ ਸਿਸਟਮ ਹੋ ਗਿਆ ਹਾਂ ਇੱਧਰ ਨੂੰ ਵੀ ਹੋ ਗਿਆ ਹਨੇਰਾ ਜਿਹਾ ਸਾਰੇ ਪਾਸੇ ਹਨੇਰਾ ਹਨੇਰਾ ਜਿਹਾ ਹੀ ਹੋ ਗਿਆ ਬਾਈ ਕੀ ਚੱਕਰ ਆ ਬੱਦਲ ਨਹੀਂ ਰਾਜੂ ਇਹ ਉੱਧਰ ਧੂੰਆਂ ਜਿਹਾ ਹੁੰਦਾ ਕਿਸੇ ਚੀਜ਼ ਦਾ ਕਿਤੇ ਫੈਕਟਰੀ ਤਾਂ ਨਹੀਂ ਛੱਡਿਆ ਕੁਛ ਉਹਨਾਂ ਨੇ ਹੈ ਭਾਜਨ ਇਹ ਕਿਆ ਚੱਕਰ ਹੋ ਗਿਆ ਉਹੀ ਤਾਂ ਮੈਂ ਕਹਿੰਦਾ ਹਾਂ ਹੁਣ ਠੀਕ ਤਾਂ ਜੀ ਇਹ ਤਾਂ ਜਮੀਨ ਆਪਾਂ ਵੀ ਵਿੱਚੇ ਆ ਗਏ ਬਸ ਉਹ ਆ ਗਿਆ ਸਾਹਮਣੇ ਆ ਗਿਆ ਜਿਵੇਂ ਨਾ ਹੁਣ ਕਣਕਾਂ ਦੇ ਵਿੱਚ ਅੱਗ ਦਾ ਵੀ ਬਹੁਤ ਖਤਰਾ ਹੁੰਦਾ ਨਾ ਮਾੜੀ ਜੀ ਇਹ ਲੋਕ ਕਿਆ ਕਰਦੇ ਨਾ ਬਾਈ ਜਿਵੇਂ ਸੜਕਾਂ ਦੇ ਲਾਗੇ ਲਾਗੇ ਨਾ ਕਣਕਾਂ ਖੜੀਆਂ ਫਸਲਾਂ ਖੜੀਆਂ ਇਹਨਾਂ ਨੇ ਸੜਕਾਂ ਦੇ ਉੱਤੇ ਜੇ ਮੋਟਰਸਾਈਕਲ 'ਤੇ ਬੀੜੀ ਸਿਗਰਟ ਦਾ ਬਹੁਤ ਇਸਤੇਮਾਲ ਕਰਦੇ ਆ ਇਹ ਬੀੜੀ ਸਿਗਰਟ ਪੀ ਕੇ ਨਾ ਉੱਥੇ ਹੀ ਛੱਡਦਾ ਨਹੀਂ ਜ਼ਿਆਦਾ ਰੋਡ ਪਰੇ ਬਸ ਉਹ ਤੁਹਾਨੂੰ ਪਤਾ ਵੀ ਹੌਲੀ ਹੌਲੀ ਚੱਲਦੀ 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 ਕੰਮ ਵਧਾ ਜਾਂਦੀ ਆ ਫਿਰ ਇਹ ਰਾਜੂ ਇਹ ਤੇਰੇ ਬੱਦਲ ਜਿਹਾ ਹੀ ਹੋ ਗਿਆ ਬਾਈ ਇਹ ਮੈਨੂੰ ਲੱਗਦਾ ਮੀਂਹ ਆਊਗਾ ਫਿਰ ਅੱਜ ਆ ਇੱਧਰ ਨੂੰ ਵੀ ਹੋ ਗਿਆ ਸ਼ਹਿਰ ਦੇਖਦਾ ਲੈ ਆਹ ਦੇਖੋ ਬਾਈ ਸਾਹਮਣੇ ਕਿੰਨੀ ਧੁੰਦ ਜੀ ਪੈ ਗਈ ਨਾ ਉਹ ਤੁਹਾਨੂੰ ਦੇਖਦਾ ਮੋਟਰਸਾਈਕਲ ਜੇ ਦਰਖਤ ਦੇ ਉੱਪਰ ਨੂੰ ਹਨੇਰਾ ਜਿਹਾ ਹੀ ਹੋ ਗਿਆ ਸਾਰਾ ਹੀ ਹਾਂ ਸਾਰਾ ਹੀ ਹਨੇਰਾ ਹੀ ਹੋ ਗਿਆ ਇੱਧਰ ਧੁੱਪਾਂ ਨਿਕਲੀ ਪਈ ਆ ਸਾਡੇ ਵਾਲੇ ਪਾਸੇ ਆ ਧੁੱਪਾਂ ਫਿਰਦੀ ਆ ਇੱਧਰ ਆ ਬੱਦਲ ਜਿਹਾ ਹੋ ਗਿਆ ਕਿਹੋ ਜਿਹਾ ਮੌਸਮ ਹੋ ਗਿਆ ਇਹ ਧੁੰਦ ਜੀ ਆ ਗਈ ਇੱਕੋ ਲਖਤ ਠੰਡ ਵੀ ਲੱਗਣ ਲੱਗ ਗਈ ਰਾਜੂ ਹਾਂ ਬਾਕੀ ਦੇਖੋ ਮਾਲਕ ਦੇ ਰੰਗ ਆ ਹਾਂ ਰਾਜੂ ਰਾਤ ਠੰਡ ਤਾਂ ਲੱਗੀ ਬਿਸਤਰੇ 'ਚ ਗਿੱਲੇ ਪਤਾ ਨਹੀਂ ਕਿਆ ਚਾ ਪਤਾ ਨਹੀਂ ਆਪਾਂ ਨਹਿਰ ਦੇ ਸਿਰਾਣੇ ਬੈਠੇ ਇਹਦੇ ਕਰਕੇ ਹੁੰਦੀ ਆ ਨਾ ਗਿੱਲੇ ਹੋ ਜਾਂਦੇ ਜੀ ਹੈ ਜਾਣੀ ਜਿਹੜੇ ਬਿਸਤਰੇ 'ਚ ਪਏ ਆ ਉਹਨੂੰ ਦੁਬਾਰਾ ਹਿਲਾਣੇ ਨੂੰ ਜੀ ਨਹੀਂ ਕਰਦਾ ਮਾੜਾ ਜਿਹਾ ਗਿੱਲਾ ਹੋ ਜਾਂਦਾ ਸਾਰਾ ਬੰਦਾ ਫਿਰ ਨਾ ਨਾ ਮੂੰਹ ਬਾਹਰ ਕੱਢਣ ਜੀ ਕਰਦਾ ਨਾ ਮੂੰਹ ਕਿਆ ਤੇ ਪਤਾ ਹੀ ਨਹੀਂ ਲੱਗਦਾ ਹੈਗਾ ਠੰਡਾ ਹੋ ਜਾਂਦੀ ਆ ਬਾਈ ਰਾਤ ਨੂੰ ਫਰਕ ਆ ਮੌਸਮ ਦਾ ਰਾਤ ਨੂੰ ਫਰਕ ਪੈ ਜਾਂਦਾ ਹੋਰ ਫਿਰ ਦਿਲ ਤਾਂ ਲੱਗ ਗਿਆ ਹੈ ਖੁੱਲਿਆ ਕਰ ਥੋੜ੍ਹਾ ਜਿਹਾ ਹਾਂ ਨਹੀਂ ਤੈਨੂੰ ਚਾਬੀਆਂ ਬੰਨੇਗਾ ਭਜਨ ਦੇ ਖਿਲਾ ਦੇਣਾ ਫਿਰ ਨਾ ਮੈਨੂੰ ਕਹੀਂ ਉਹਨੇ ਤੇਰੇ ਲੋਕ ਨਾਟ ਖੋਲ ਕੇ ਦੂਏ ਹੀ ਪਾ ਦੇਣੇ ਫਿਰ ਤਾਂ ਕਹਿਣਗੀਆਂ ਢਿੱਲੇ ਹੋਵੇਗਾ ਜ਼ਿਆਦਾ ਖੁੱਲ ਜਾਏਗਾ ਫਿਰ ਨਾ ਕਹੀਂ ਵੀ ਭਜਨ ਨੇ ਮੇਰੇ ਪਾਤੇ ਰਿੰਗ ਪਾਤੇ ਜੇ ਤਾਂ ਹੁਣ ਪਹਿਲਾਂ ਮਸ਼ੀਨ ਜਿਹੜੀ ਲੈ ਕੇ ਆਉਂਦਾ ਜੀ ਐਨ ਕੰਪਨੀ ਦੀ ਕਿਹੜੇ ਕਿਹੜੇ ਏਰੀਏ ਜਾਂਦਾ ਤਾ ਮੈਂ ਜੀ ਇੱਕ ਤਾਂ ਯੂਪੀ ਕਾਨਪੁਰ ਏਰੀਆ ਜੀ ਚੰਪਤਪੁਰ ਯੂਪੀ ਹਾਂਜੀ ਉੱਥੇ ਕਿਆ ਵੜਦੇ ਤੇ ਉਹਦੇ ਲਾਗੇ ਇੱਕ ਹੋਰ ਆ ਜੀ ਉਹ ਸਰੋਂ ਦਾ ਏਰੀਆ ਜੀ ਸਰੋਂ ਹੀ ਵੜਦੇ ਦਿੱਤੇ ਹਾਂਜੀ ਸਰੋਂ ਹੀ ਵੜਦੇ ਤੇ ਉਹ ਤੇ ਬਾਅਦ ਅਸੀਂ 2 ਕਿਲੋਮੀਟਰ ਉੱਤੇ ਨੂੰ ਚੱਲ ਜਾਂਦੇ ਸੀ ਜੀ ਮਊ ਰਾਣੀਪੁਰ ਨੂੰ ਮਊ ਰਾਣੀਪੁਰ ਹਾਂਜੀ ਹਾਂ ਉੱਥੇ ਬਮੋਰੀ ਪਿੰਡ ਆ ਜੀ ਉਹਦੇ ਵਿੱਚ ਮਟਰੇ ਮਟਰ ਹੁੰਦਾ ਜੀ ਐਤਕੀ ਮਟਰ ਨਹੀਂ ਹੈਗਾ ਐਮਪੀ 'ਚ ਮਟਰ ਨਹੀਂ ਹੈ ਨਹੀਂ ਮਟਰ ਕਣਕ ਮਟਰ ਹੈ ਨਹੀਂ ਐਤਕੀ ਮੈਨੂੰ ਮੇਰੀ ਵੀ ਇੱਕ ਬੰਦੇ ਕਾ ਗੱਲ ਹੋਈ ਉਹ ਕਹਿੰਦਾ ਬਾਈ ਮਟਰ ਹੈ ਹੀ ਨਹੀਂ ਇੱਧਰ ਐਤਕੀ ਮਟਰ ਕਣਕ ਆ ਜੀ ਸਾਰੀ ਤੇ ਬਾਕੀ ਫਿਰ ਸਲੋਨ ਜਾਂਦੇ ਆ ਜੀ ਇੰਦਰਗੜ੍ਹ ਏਰੀਏ 'ਚ ਸਲੋਨ ਹਾਂਜੀ ਉੱਥੇ ਕਿੰਨਾ ਟਾਈਮ ਲੱਗ ਕੇ ਆਇਆ ਉੱਥੇ ਤਾਂ ਜੀ ਮੇਰੇ ਤਿੰਨ ਚਾਰ ਸੀਜ਼ਨ ਲੱਗ ਗਏ ਜੀ ਲਗਾਤਾਰ ਅੱਛਾ ਹਾਂਜੀ ਉਹ ਮਸ਼ੀਨਾਂ ਤੇ ਉਹਨਾਂ ਦੀ ਹਾਂਜੀ ਫਿਰ ਸੁਲਤਾਨਪੁਰ ਯੂਪੀ 'ਚ ਅੱਛਾ ਉੱਥੇ ਕਣਕ ਹਾਂ ਜੀ ਉੱਥੇ ਵੀ ਕਣਕ ਜੀ ਠੀਕ ਆ ਉਹ ਵੀ ਕਣਕ ਵੀ ਉੱਥੇ ਜੀ ਠੀਕ ਆ ਫਿਰ ਉਹਦੇ ਬਾਅਦ ਟਿੱਕਮਗੜ੍ਹ ਕੋਲ ਵੀ ਟੈਂਕਾਂ ਦੇ ਹਿਸਾਬ ਨਾਲ ਉੱਥੇ ਵੀ ਚੱਲੇ ਆ ਜੀ ਫਿਰ ਉਹਦੇ ਬਾਅਦ ਤੇ ਫਿਰ ਹਰਿਆਣਾ ਜੀ ਹਰਿਆਣੇ ਤੋਂ ਬਾਅਦ ਫਿਰ ਜੰਮੂ ਚੱਲ ਗਏ ਸਿੱਧੇ ਜੰਮੂ ਪੰਜਾਬ ਨਹੀਂ ਲਾਇਆ ਨਹੀਂ ਪੰਜਾਬ ਨਹੀਂ ਲਾਇਆ ਖਾਸਾ ਲੰਬਾ ਚੱਲਦਾ ਰਹਿਣ ਉਹ ਵੀ ਹੈ ਹਾਂ ਜੀ 3-3.5 ਮਹੀਨੇ ਲੱਗ ਜਾਂਦੇ ਸੀ ਬਹੁਤ ਫਰਵਰੀ ਦੀ 9-10 ਤਰੀਕ ਨੂੰ ਆ ਜਾਂਦੇ ਤੇ ਅਸੀਂ ਯੂਪੀ ਅੱਛਾ 12-13 ਤਰੀਕ ਨੂੰ ਸਰੋਂ ਚੱਲ ਪੈਂਦੇ ਇੱਥੇ ਹਾਂ ਫਿਰ ਮੁੜ ਕੇ ਜੇ ਅਪ੍ਰੈਲ 'ਚ ਜਾਂਦੇ ਸੀ ਮਈ 'ਚ ਜੀ ਮਈ 'ਚ 8 ਮਈ ਨੂੰ ਘਰੇ ਵੜਦੇ ਸੀ ਨੌਂ ਬਹੁਤ ਲੰਬਾ ਹੋ ਗਿਆ ਇਹਦਾ ਕੰਮ ਬਾਕੀ ਹਨੇਰੇ ਹੀ ਹੋ ਗਿਆ ਬਾਈ ਦੇਖ ਲਓ ਧੁੰਦ ਇੰਨੀ ਧੁੰਦ ਹੁਣ ਅਜੇ ਮੌਸਮ ਸਾਫ਼ ਤਾ ਕਣਕਾਂ ਕੀ ਪੱਕਣਗੀਆਂ ਦੇਖੋ ਇਹ ਐਤਕੀ ਮੌਸਮ ਦਾ ਹੀ ਬਾਈ ਫਰਕ ਆ ਦੇਖੋ ਹੁਣ ਸਾਹਮਣੇ ਤੁਹਾਨੂੰ ਦਿਖਦੀ ਸੀ ਨਾ ਮਕਾਨ ਜੇ ਦਿਖਦੇ ਤੇ ਹਨੇਰਾ ਜਿਹਾ ਹੋ ਗਿਆ ਹਾਂ ਆਹ ਦੇਖੋ ਜਮੀ ਬੱਦਲਬਾਜ਼ੀ ਹੋ ਗਈ ਐਂ ਨਹੀਂ ਪਤਾ ਵੀ ਹੁਣ ਮੀਂਹ ਨਾ ਪੈ ਜਾਵੇ ਕਿਤੇ ਇਹ ਨਾ ਕੰਮ ਖਰਾਬ ਕਰ ਦੇਵੇ ਸੂਰਜ ਐਨ ਧੁੱਪਾਂ ਚੰਗੀ ਨਿਕਲੀ ਵੀ ਦੀ ਸੂਰਜ ਵੀ ਮੱਧਮ ਕਰਤਾ ਇਹੋ ਜਿਹਾ ਮੌਸਮ ਹੋ ਗਿਆ ਭਜਨ ਤੂੰ ਕਿੱਥੇ ਚੱਲਿਆ ਓਏ ਕਿੱਥੇ ਤੇ ਅੱਛਾ ਇੱਥੇ ਆ ਪਾਣੀ ਵੀ ਨਾਲੇ ਕਹਿੰਦੇ ਗੁਜਰਾਤ 'ਚ ਪਾਣੀ ਖੁੱਲ੍ਹਾ ਹੈ ਖੁੱਲ੍ਹਾ ਹੀ ਪਾਣੀ ਆਪਾਂ ਕਿਹੜੇ ਬੰਦ ਪਿਆ ਉਹ ਤਾਂ ਮੋਟਰ ਚੱਲੀ ਗਈ ਪੈਪ ਲੱਗਿਆ ਉੱਥੇ ਟੂਟੀ ਚੱਲੀ ਵੀ ਆ ਬੰਦ ਕਰਿਆ ਮੈਂ ਨਾਲੇ ਅੱਛਾ ਪੀਣੇ ਜੋਗਾ ਭਰ ਲਈਏ ਬਾਕੀ ਦਾ ਚਵੱਚੇ ਦਾ ਖੁੱਲ੍ਹਾ ਪਿਆ ਨਾ ਹੁਣ ਤਾਂ ਹੁਣ ਨੂੰ ਇਹਦਾ ਮੇਰੇ ਫਿਰ ਕੰਮ ਨਿਬੜ ਜਾਂਦਾ ਉਹ ਤਾਂ ਗੱਲ ਕੁਝ ਨਹੀਂ ਹੈ ਆਹੋ ਚੱਲ ਭਰ ਲਿਆ ਭਰ ਲਿਆ ਰਾਜੂ ਨੇੜੇ ਲਾਉਂਦੇ ਓਏ ਉਹ ਉੱਥੇ ਤੇ ਪਾਣੀ ਭਰ ਕੇ ਲਿਆਉਣਾ ਨੇ ਉਹ ਡੇਰੇ 'ਚੋਂ ਮੈਂ ਐਸ ਵੀ ਰੱਖ ਲਈ ਦੁੱਧ ਵਾਸਤੇ
ਮੈਂ ਕਹਿੰਦਾ ਰਾਜੂ ਮੀਂਹ ਆਊਗਾ ਯਾਰ ਹੈਂ ਮੌਸਮ ਸਮਾਨ ਸਮੂਨ ਆਪਣਾ ਨੇੜੇ ਜਿਹੇ ਰੱਖਿਓ ਪਹਿਲੇ ਬੜੋਲੀਆਂ ਦਾ ਜਗਾੜ ਹੀ ਹੈ ਵੀ ਭਜਨ ਵੀ ਬਹੁਤ ਜਿਹੜੇ ਗਟਰਾਂ ਵਾਲੇ ਉਹ ਨਹੀਂ ਹੁੰਦੇ ਆਪਣੇ ਸਲੇਪਾਂ ਜਿਹੀਆਂ ਹੁੰਦੀਆਂ ਢੱਕਣ ਜੇ ਉਹਨਾਂ ਦਾ ਹੀ ਜੁੱਟ ਨੇ ਚੜਾ 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 ਕੇ ਉੱਪਰ ਸਮਾਨ ਵਿੱਚ ਕਵਰ ਕਰਤਾ ਕਹਿੰਦਾ ਵੀ ਆਪਾਂ ਨੂੰ ਦਿੱਕਤ ਨਾ ਆਵੇ ਕੋਈ ਬਾਕੀ ਆਪਾਂ ਟੀਨ ਲਿਆਂਦੀ ਨਾਲ ਇਹ ਵੀ ਵਧੀਆ ਕੰਮ ਦਿੰਦੀ ਆ ਇਹ ਲਿਆਂਦੀ ਤਾਂ ਮੇਥੀ ਵਾਸਤੇ ਚਲੋ ਵੀ ਗੁਜਰਾਤ 'ਚ ਮੇਥੀ ਬਹੁਤ ਹੁੰਦੀ ਹੈ ਇਹ ਕੱਢਾਂਗੇ ਪਰ ਮੇਥੀ ਐਤਕੀ ਹੈ ਹੀ ਨਹੀਂ ਮੇਥੀ ਦਾ ਕੰਮ ਥੋੜ੍ਹਾ ਜਿਹਾ ਔਖਾ ਹੈ ਨਹੀਂ ਐਤਕੀ ਮੇਥੀ ਦਾ ਕੰਮ ਰਾਜੂ ਜਮੀ ਨਹੀਂ ਮੇਥੀ ਤਾਂ ਕਿਤੇ ਜਮੀ ਨਹੀਂ ਦਿਖਦੀ ਹੈ ਨਾ ਭਜਨ ਦਾ ਦਿਲ ਮਿਲ ਗਿਆ ਬਾਈ ਇਹਦਾ ਕਿਵੇਂ ਆ ਭਜਨ ਬੰਦਾ ਹੈ ਬਹੁਤ ਵਧੀਆ ਜੀ ਵਧੀਆ ਤੇਰਾ ਤੇਰਾ ਗਰਾਰੀ ਤੇਰੀ ਫਸ ਗਈ ਤੇ ਗੱਲ ਹੁਣ ਇਕੱਠੇ ਰਵਾਂਗੇ ਹੁਣ ਤਾਂ ਹੈ ਇਕੱਠੇ ਹੀ ਰਵਾਂਗੇ ਹੁਣ ਤਾਂ ਜੀ ਇਕੱਠੇ ਹੀ ਰਵਾਂਗੇ ਹੈ ਮੱਕੀ ਵੀ ਲੈ ਜਾਣਾ ਜੀ ਇਹਨਾਂ ਨੂੰ ਮੱਕੀ ਜੁੱਥੀ ਰਹੂਗਾ ਆਪਣੇ ਨਾਲ ਹੋਰ ਕਿੱਥੇ ਜਾਣੇ ਨੇ ਹੁਣ ਬਾਈ ਆ ਜਮੀ ਤਾਂ ਉਧਰ ਆਜੂ ਨੇੜੇ ਹੀ ਆ ਗਈ ਆਪਣੇ ਜਮੀ ਚੱਕਣ ਜੀ ਉੱਥੇ ਨਹੀਂ ਮਨਾਲੀ ਇਹ ਤਾਂ ਬਾਈ ਸ਼ਿਮਲੇ ਵਾਲਾ ਅੱਜ ਤਾਂ ਕੁੱਲੂ ਮਨਾਲੀ ਵਾਲਾ ਮਾਹੌਲ ਬਣ ਗਿਆ ਗੁਜਰਾਤ ਦੇ ਵਿੱਚ ਆ ਹੁਣ ਹਜੇ ਧੁੱਪ ਨਿਕਲੀ ਵੀ 10 ਮਿੰਟ ਪਹਿਲਾਂ ਦੀ ਗੱਲ ਆ ਪੂਰੀ ਧੁੱਪ ਤੀ ਆ ਪਤਾ ਨਹੀਂ ਹੈ ਇੱਧਰ ਨੂੰ ਦੇਖ ਲਓ ਪਰਾਂ ਨੂੰ ਪਿੱਛੇ ਨੂੰ ਦੇਖ ਲਓ ਬਾਈ ਧੁੱਪ ਨਿਕਲੀ ਵੀ ਪੂਰੀ ਕੜਾਕੇ ਦੀ ਧੁੱਪ ਤੀ ਐਨ ਪੂਰ ਹੈ ਹਾਂ ਧੁੰਦ ਜੀ ਹੋ ਗਈ ਬਾਈ ਇਹ ਕੀ ਚੱਕਰ ਹੋ ਗਿਆ ਇਹਦਾ ਸ਼ਿਮਲੇ ਮਨਾਲੀ ਵਾਲਾ ਕੁੱਲੂ ਵਾਲਾ ਮਾਹੌਲ ਬਣ ਗਿਆ ਮਨਾਲੀ ਵਾਲਾ ਵੀ ਜਿਵੇਂ ਮਨਾਲੀ 'ਚ ਨਾ ਅੱਜ ਅੱਗੇ ਗਰਮੀ ਲੱਗਦੀ ਅੱਜ ਉਰੇ ਵੀ ਠੰਡ ਲੱਗਦੀ ਐਨ ਪੂਰੀ ਹੁਣ ਇਸ ਟਾਈਮ ਅੱਜ ਤਾਂ ਗੁਜਰਾਤ ਦੇ ਵਿੱਚ ਵੀ ਮੌਸਮ ਆ ਨਾ ਜਿਹੜਾ ਕੁੱਲੂ ਮਨਾਲੀ ਵਾਲਾ ਮੌਸਮ ਹੋਇਆ ਹੋਇਆ ਦੇਖੋ ਜਿਵੇਂ ਪਹਾੜੀ ਇਲਾਕੇ ਦੇ ਵਿੱਚ ਹੁੰਦੀ ਹੈ ਨਾ ਧੁੰਦ ਜੀ ਚੰਗੀ ਭਲੀ ਧੁੱਪ ਦੀ ਧੁੱਪ ਨਿਕਲੀ ਨਿਕਲਾਈ ਅਤੇ ਪਤਾ ਨਹੀਂ ਆ ਕੀ ਹਨੇਰਾ ਜਿਹਾ ਆ ਗਿਆ ਵੀ ਦੂਰ ਦੂਰ ਤੱਕ ਤੁਹਾਨੂੰ ਦੇਖਣ ਨੂੰ ਆ ਜਿਵੇਂ ਧੁੰਦ ਵਾਲਾ ਮਾਹੌਲ ਪੂਰੀ ਧੁੰਦ ਜੀ ਆ ਗਈ ਇਹ ਗੁਜਰਾਤ MP ਦੇ ਵਿੱਚ ਬਹੁਤ ਚੀਜ਼ਾਂ ਇਹ ਘੱਟ ਦੇਖਣ ਨੂੰ ਮਿਲਦੀ ਆ ਪਰ ਜਿੰਨੀ ਦਿਨ 'ਚ ਗਰਮੀ ਹੁੰਦੀ ਆ ਉਨੀ ਰਾਤ ਨੂੰ ਠੰਡ ਵੀ ਹੋ ਜਾਂਦੀ ਆ ਲਓ ਜੀ ਬਾਈ ਤੁਸੀਂ ਅੱਜ ਦੀ ਵੀਡੀਓ 'ਚ ਦੇਖਿਆ ਸਾਡੇ ਭਜਨ ਬਾਈ ਦੀ ਕੁਕਿੰਗ ਕਈ ਦਿਨਾਂ ਦਾ ਫੋਨ ਵੀ ਆਉਂਦਾ ਬਾਈ ਤੁਸੀਂ ਭਜਨ ਦੀ ਕੁਕਿੰਗ ਕਾਹਤੇ ਨਹੀਂ ਦਿਖਾਉਂਦੇ ਅੱਜ ਤੁਹਾਨੂੰ ਭਜਨ ਬਾਈ ਦੀ ਕੁਕਿੰਗ ਵੀ ਦਿਖਾਈ ਆ ਬਾਕੀ ਅੱਜ ਮੌਸਮ ਦੇਖੋ ਬਾਈ ਜਿਵੇਂ ਸ਼ਿਮਲਾ ਜਿਵੇਂ ਨਾ ਕੁੱਲੂ ਮਨਾਲੀ ਵਾਲਾ ਮਾਹੌਲ ਹੋ ਗਿਆ ਉਹ ਪਹਿਲਾਂ ਉੱਧਰ ਦੇ ਸਟਾਰਟ ਹੋਇਆ ਸਾਨੂੰ ਤਾਂ ਐਂ ਹੋ ਗਿਆ ਤਾਂ ਵੀ ਜਿਵੇਂ ਨਾ ਕਈ ਵਾਰ ਅਸੀਂ ਪਿਛਲੀ ਵਾਰ MP 'ਚ ਤੇ ਸੁਨੀਲ ਉਹਨਾਂ ਦੇ ਪਿੰਡ 'ਤੇ ਮੋਨੂ ਉਹਨਾਂ ਦੇ ਉੱਥੇ ਨਾ 1.5 ਬਿੱਘੇ 'ਚ ਵਿੱਚ ਤਾਰਾਂ ਲੰਘਦੀਆਂ ਤਾਰਾਂ ਭਿੜ ਕੇ ਅੱਗ ਲੱਗ ਗਈ ਨਾ ਉੱਥੇ ਵੀ ਇੱਕਣੇ ਹੋ ਗਿਆ ਹਨੇਰਾ ਜਿਹਾ ਹੋ ਗਿਆ ਬਾਈ ਜਦ ਨੂੰ ਹਨੇਰਾ ਜਿਹਾ ਹੋਣ ਦੇ ਬਾਅਦ ਪਹੁੰਚੇ ਤਾਂ ਉੱਥੇ 1.5-2 ਬਿੱਘੇ ਜਿਹੜੇ ਕਣਕ ਦੇ ਜਲ ਗਏ ਤੇ ਚਲੋ ਬਚਾਓ ਰੱਖੇ ਰੱਬ ਮਹਾਰਾਜ ਸੱਚਾ ਪਾਤਸ਼ਾਹ ਇਹੋ ਜਿਹੀ ਚੀਜ਼ਾਂ ਨੇ ਬਚਾਓ ਰੱਖੀ ਸਭ ਜ਼ਿਮੀਂਦਾਰਾਂ ਨੂੰ ਮਿਹਨਤ ਨੂੰ ਸਭ ਦਾ ਵਧੀਆ ਫਲ ਲਾਈ ਔਰ ਵਧੀਆ ਕੰਮ ਫਸਲ ਨਿਕਲੇ ਇਹਨਾਂ ਦੇ ਵਿਚਾਰਿਆਂ ਦੀ ਬਾਕੀ ਆ ਧੁੰਦ ਜੀ ਪੈਣ ਕਰਕੇ ਨਾ ਅੱਜ ਦੁਬਾਰੇ ਕੋਟੀ ਪਾਉਣੀ ਪੈਗੀ ਨਹੀਂ ਇੱਦਾਂ ਦੀ ਅੱਧੀਆਂ ਮਾਂ 'ਚ ਫਿਰਦੇ ਹਾਂ ਅੱਜ ਦੁਬਾਰੇ ਕੋਟੀ ਪਾਉਣੀ ਪੈਗੀ ਨਹੀਂ ਠੰਡ ਹੋ ਗਈ ਚਲੋ ਠੀਕ ਹੈ ਜੀ ਮਿਲਾਂਗੇ ਹੁਣ ਅਗਲੀ ਵੀਡੀਓ 'ਚ ਸਾਡੀ ਵੀਡੀਓ ਦੇਖਣ ਲਈ ਸਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ